बड़ी श्रद्धा दे नाल इत्थे गुरमुखी दे 35 अक्षर लिखदियां ने। संगतां श्रद्धा दे नाल इत्थे आ के गुरमुखी दे 35 अक्षर लिखदियां ने, उन्हां नूं उत्तम बुद्धि प्राप्त हुंदी है। संपूर्णता कराउण तों उपरंत जो कलम बची वरती थी, कुछ नवीं कलमां कढ़वा करके कलगीधर पिता जी ने इस पावन सरोवर दे विच जल प्रवाह करदे आ पावन धरती नूं गुरु कंस जी दा वरदान दे के निवाजा सी। वचन कीता सी जो भी प्राणी इस पावन धरती ते आ के भावना दे नाल गुरमुखी 35 लिखेगा, गुरमुखी 35 ज्ञान दी प्राप्ति होवेगी, विद्या विच वाधा होवेगा, विद्वान बनेगा। ਸਮੇਂ ਅਸੀਂ ਗੁਰਦੁਆਰਾ ਲਿਖਣਸਰ ਸਾਹਿਬ ਦੇ ਵਿੱਚ ਮੌਜੂਦ ਹਾਂ, ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਨੇ, ਉੱਥੇ ਹੀ ਸੰਗਤਾਂ ਬੜੀ ਸ਼ਰਧਾ ਦੇ ਨਾਲ ਇੱਥੇ ਗੁਰਮੁਖੀ ਦੇ 35 ਅੱਖਰ ਲਿਖਦੀਆਂ ਨੇ। ਅੱਜ ਇਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ, ਉੱਥੇ ਹੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਵਾਂਗੇ। ਪਹਿਲਾਂ ਤੁਹਾਨੂੰ ਇਹ ਤਸਵੀਰਾਂ ਦਿਖਾ ਦਿੰਦੇ ਹਾਂ ਜਿੱਥੇ ਸੰਗਤਾਂ ਪਹੁੰਚ ਕੇ 35 ਅੱਖਰ ਲਿਖਦੀਆਂ ਨੇ। ਇਸ ਗੁਰਦੁਆਰਾ ਸਾਹਿਬ ਬਾਰੇ ਇਤਿਹਾਸ ਮੁਤਾਬਕ ਕਿਹਾ ਜਾਂਦਾ ਕਿ ਜਿਹੜੀਆਂ ਵੀ ਸੰਗਤਾਂ ਸ਼ਰਧਾ ਦੇ ਨਾਲ ਇੱਥੇ ਆ ਕੇ ਗੁਰਮੁਖੀ ਦੇ 35 ਅੱਖਰ ਲਿਖਦੀਆਂ ਨੇ, ਉਹਨਾਂ ਨੂੰ ਉੱਤਮ ਬੁੱਧੀ ਪ੍ਰਾਪਤ ਹੁੰਦੀ ਹੈ। ਤਾਂ ਇਸੇ ਕਾਰਨ ਸੰਗਤਾਂ ਬੜੀ ਆਸਥਾ ਦੇ ਨਾਲ ਇੱਥੇ ਪਹੁੰਚਦੀਆਂ ਨੇ। ਜਿੱਥੇ ਬੱਚੇ ਬੈਠੇ ਤੁਹਾਨੂੰ ਨਜ਼ਰ ਆ ਰਹੇ ਨੇ ਸਲੇਟਾਂ ਲੈ ਕੇ, ਤਾਂ ਕੁਝ ਜਿਹੜੇ ਬਜ਼ੁਰਗ ਹੈਗੇ ਨੇ, ਮਾਵਾਂ ਭੈਣਾਂ, ਇੱਥੇ ਹਰ ਉਮਰ ਵਰਗ ਦੇ ਲੋਕ ਪਹੁੰਚ ਕੇ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ। ਉੱਥੇ ਹੀ ਜਿਹੜਾ ਉਹ ਗੁਰਮੁਖੀ ਦੇ ਵਿੱਚ 35 ਅੱਖਰ ਲਿਖਦੀਆਂ ਨੇ, ਤਾਂ ਇਹ ਇੱਥੇ ਰੇਤ ਦੇ ਉੱਪਰ ਵੀ ਕੁਝ ਸੰਗਤਾਂ ਜਿਹੜੀਆਂ ਨੇ ਉਹ 35 ਅੱਖਰ ਲਿਖ ਰਹੀਆਂ ਨੇ। ਤਾਂ ਦੂਜੇ ਪਾਸੇ ਇੱਕ ਬੋਰਡ ਲੱਗਾ ਹੋਇਆ, ਤਾਂ ਬੋਰਡ ਦੇ ਉੱਪਰ ਜਿਹੜਾ ਉਹ ਸਲੇਟ ਦੇ ਨਾਲ 35 ਅੱਖਰ ਲਿਖੇ ਜਾਂਦੇ ਨੇ। ਤਾਂ ਇਸ ਤਰੀਕੇ ਦੇ ਨਾਲ ਵੱਡੀ ਗਿਣਤੀ 'ਚ ਸੰਗਤਾਂ ਇੱਥੇ ਪਹੁੰਚਦੀਆਂ ਨੇ। ਤਾਂ ਛੋਟੇ ਛੋਟੇ ਜਿਹੜੇ ਨੇ ਉਹ ਇੱਥੇ 35 ਅੱਖਰ ਲਿਖ ਰਹੇ ਨੇ ਸਲੇਟ ਦੇ ਨਾਲ, ਤਾਂ ਇਹਨਾਂ ਨੂੰ ਮਿਟਾ ਦਿੱਤਾ ਜਾਂਦਾ। ਉਸ ਤੋਂ ਬਾਅਦ ਸੰਗਤਾਂ ਹੋਰ ਆਉਂਦੀਆਂ ਨੇ, ਤਾਂ ਉਹ ਜਿਹੜੀਆਂ ਆਪਣੇ ਹੱਥੀਂ 35 ਅੱਖਰ ਲਿਖਦੀਆਂ ਨੇ, ਕਿਉਂਕਿ ਕਿਹਾ ਜਾਂਦਾ ਕਿ 35 ਅੱਖਰ ਲਿਖਣ ਦੇ ਨਾਲ ਉੱਤਮ ਬੁੱਧੀ ਪ੍ਰਾਪਤ ਹੁੰਦੀ ਆ। ਤਾਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਡਿਟੇਲ ਦੇ ਵਿੱਚ ਜਾਣਦੇ ਹਾਂ। ਮੇਰੇ ਨਾਲ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗੁਰਜੰਟ ਸਿੰਘ ਜੀ ਮੌਜੂਦ ਹੈਗੇ ਨੇ, ਤਾਂ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਮੈਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੁੰਦਾ ਕਿ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਦੱਸੋ, ਕਿਉਂਕਿ ਜਿਹੜੀਆਂ ਸੰਗਤਾਂ ਨਹੀਂ ਨਤਮਸਤਕ ਹੋ ਸਕਦੀਆਂ, ਦੂਰ ਦੁਰਾਡੇ ਬੈਠੀਆਂ ਨੇ, ਉਹਨਾਂ ਨੂੰ ਪਤਾ ਲੱਗ ਸਕੇ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਇਹ ਪਾਵਨ ਸਥਾਨ ਤੱਕ ਸੀ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਸ਼ੋਭਨੀਕ ਹੈ। ਕਲਗੀਧਰ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਪੂਰਨਤਾ ਤੱਕ ਸੀ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਗੁਰਦੁਆਰਾ ਦਮਦਮਾ ਸਾਹਿਬ ਦੇ ਪਾਵਨ ਸਥਾਨ 'ਤੇ ਕਰਵਾਈ। ਭਾਈ ਮਨੀ ਸਿੰਘ, ਸਹਾਇਕ ਲਿਖਾਰੀ ਬਾਬਾ ਦੀਪ ਸਿੰਘ ਨੂੰ ਲਗਾ ਕਰਕੇ ਗੁਰੂ ਪਿਤਾ ਧੰਨ ਗੁਰੂ ਤੇਗ ਬਹਾਦਰ ਸਤਿਗੁਰਾਂ ਦੀ ਬਾਣੀ ਦਰਜ ਕਰਦੇ ਹਾਂ। ਇਸ ਪਾਵਨ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਪੂਰਨਤਾ ਕਰਾਉਣ ਤੋਂ ਉਪਰੰਤ ਜੋ ਕਲਮ ਬਚੀ ਵਰਤੀ ਤੇ ਕੁਝ ਨਵੀਆਂ ਕਲਮਾਂ ਕਢਵਾ ਕਰਕੇ ਕਲਗੀਧਰ ਪਿਤਾ ਜੀ ਨੇ ਇਸ ਪਾਵਨ ਸਰੋਵਰ ਦੇ ਵਿੱਚ ਜਲ ਪ੍ਰਵਾਹ ਕਰਦੇ ਆ ਪਾਵਨ ਧਰਤੀ ਨੂੰ ਗੁਰੂ ਕੰਸ ਜੀ ਦਾ ਵਰਦਾਨ ਦੇ ਕੇ ਨਿਵਾਜਿਆ ਸੀ। ਬਚਨ ਕੀਤਾ ਸੀ ਜੋ ਵੀ ਪ੍ਰਾਣੀ ਇਸ ਪਾਵਨ ਧਰਤੀ ਤੇ ਆ ਕੇ ਭਾਵਨਾ ਦੇ ਨਾਲ ਗੁਰਮੁਖੀ 35 ਲਿਖੇਗਾ, ਗੁਰਮੁਖੀ 35 ਗਿਆਨ ਦੀ ਪ੍ਰਾਪਤੀ ਹੋਵੇਗੀ, ਵਿਦਿਆ ਵਿੱਚ ਵਾਧਾ ਹੋਵੇਗਾ, ਵਿਦਵਾਨ ਬਣੇਗਾ। ਇਤਿਹਾਸ ਦੇ ਵਿੱਚ ਬੋਲਣੀ ਇਹ ਹੈ, ਪ੍ਰਗਟ ਹਮਾਰੀ ਕਾਂਸੀ ਪੜ੍ਹ ਹੈ ਇਹਾਂ ਢੋਰ ਮਾ ਤਰਾਸੀ, ਲੇਖਕ ਗੁਣੀ ਕਵਿੰਦ ਗਿਆਨੀ ਬੁੱਧ ਸਿੰਧ ਹਵੈ ਹਿਤਾਨੀ, ਤਿਨਕੇ ਕਾਰਨ ਕਲਮ ਘੜ ਦੇਤ ਪ੍ਰਗਟ ਹਮਡਾਰ, ਸਿੱਖ ਸਖਾ ਇਤ ਪੜ੍ਹੇਂਗੇ ਹਮਰੇ ਕੇ ਹਜ਼ਾਰ। ਸੋ ਕਲਗੀਧਰ ਪਿਤਾ ਜੀ ਨੇ ਇਸ ਪਾਵਨ ਧਰਤੀ ਨੂੰ ਵਰਦਾਨ ਦਿੱਤਾ ਸੀ। ਇੱਥੇ ਪਾਵਨ ਧਰਤੀ 'ਤੇ ਜਿਹੜਾ ਹੈ ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ, ਸਤਿਗੁਰਾਂ ਦੀ ਕਿਰਪਾ ਦੇ ਅਨੁਸਾਰ ਖਾਲਸਾ ਜੀ ਇਸ ਪਾਵਨ ਧਰਤੀ ਤੋਂ ਇੱਕ ਨਹੀਂ ਅਨੇਕਾਂ ਹੀ ਜਿਹੜਾ ਹੈ ਪਾਵਨ ਧਰਤੀ ਤੋਂ ਵਿਦਿਆ ਹਾਸਲ ਕਰਕੇ ਵਿਦਵਾਨ ਬਣੇ ਨੇ। ਉਹ ਚੌਦਿਆਂ 'ਤੇ ਅੱਜ ਵੀ ਜਿਹੜਾ ਹੈ ਸ਼ੁਭ ਨਿਕਲੇ। ਕਲਗੀਧਰ ਪਿਤਾ ਜੀ ਨੇ ਪਾਵਨ ਧਰਤੀ ਨੂੰ ਵਰਦਾਨ ਦੇ ਕੇ ਨਿਵਾਜਿਆ ਸੀ। ਬਾਬਾ ਜੀ, ਇੱਥੇ ਹਰ ਉਮਰ ਦੇ ਲੋਕ ਇਸੇ ਤਰੀਕੇ ਦੇ ਨਾਲ ਆਉਂਦੇ ਨੇ? ਹਾਂਜੀ, ਕਲਗੀਧਰ ਪਿਤਾ ਜੀ ਨੇ, ਕਿਉਂਕਿ ਇੱਕ ਬਨਾਰਸ ਦੇ ਵਿੱਚ ਕਾਂਸੀ ਹੈ, ਉੱਥੇ ਹਰੇਕ ਨੂੰ ਅਧਿਕਾਰ ਨਹੀਂ ਸੀ, ਹਰੇਕ ਨੂੰ ਜਿਹੜਾ ਪੜ੍ਹਨ ਦਾ ਲਿਖਣ ਦਾ, ਖਾਸ ਜਾਤੀਆਂ ਲਈ। ਪਰੰਤੂ ਕਲਗੀਧਰ ਪਿਤਾ ਜੀ ਨੇ ਇਹ ਤਾਂ ਕਾਂਸੀ ਰਚੀ ਸੀ ਵੀ ਇੱਥੇ ਜੋ ਵੀ ਆਵੇਗਾ, ਕਿਸੇ ਧਰਮ ਦਾ ਆ ਜੇ, ਕਿਸੇ ਦੇਸ਼ ਦਾ ਆ ਜੇ, ਕਿਸੇ ਦਿਸ਼ਾ ਦਾ ਆ ਜੇ, ਜੋ ਵੀ ਆ ਕੇ ਗੁਰਮੁਖੀ 35 ਲਿਖਿਆ ਉਹ ਵਿਦਵਾਨ ਬਣੂਗਾ।
ਠੀਕ ਹੈ ਬਾਬਾ ਜੀ, ਧੰਨਵਾਦ ਜਾਣਕਾਰੀ ਦੇਣ ਦੇ ਲਈ। ਸੋ ਇਹ ਇਤਿਹਾਸ ਬਾਰੇ ਜਿਹੜਾ ਉਹ ਜਾਣੂ ਕਰਵਾਇਆ ਗਿਆ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਭਾਈ ਮਨੀ ਸਿੰਘ ਹੁਣਾਂ ਤੋਂ ਇੱਥੇ ਬੀੜ ਲਿਖਵਾਈ ਜਾਂਦੀ ਆ, ਤਾਂ ਉਸਦਾ ਜਦੋਂ ਕਾਰਜ ਚੱਲਦਾ ਉਸ ਦੌਰਾਨ ਜਿਨ੍ਹਾਂ ਕਲਮਾਂ ਦਾ ਮੂੰਹ ਘਸ ਜਾਂਦਾ ਸੀਗਾ ਉਸ ਕਲਮ ਨੂੰ ਦੁਬਾਰਾ ਨਹੀਂ ਘੜਿਆ ਜਾਂਦਾ ਸੀਗਾ, ਸਗੋਂ ਅਦਬ ਨਾਲ ਸੰਭਾਲ ਲਿਆ ਜਾਂਦਾ ਸੀਗਾ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਜਦੋਂ ਲਿਖਾਈ ਦੇ ਕਾਰਜ ਸਮਾਪਤੀ ਹੋਈ ਤਾਂ ਉਸ ਉਪਰੰਤ ਕਸੀਆਂ ਹੋਈਆਂ ਕਲਮਾਂ ਤੋਂ ਬਚੀ ਹੋਈ ਸਿਆਹੀ ਨੂੰ ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਦੇ ਸਰੋਵਰ ਵਿੱਚ ਜਲ ਪ੍ਰਵਾਹ ਕਰਦਿਆਂ ਗੁਰੂ ਜੀ ਨੇ ਇਸ ਅਸਥਾਨ ਨੂੰ ਗੁਰੂ ਕੀ ਕਾਸ਼ੀ ਦਾ ਵਰਦਾਨ ਦਿੱਤਾ ਅਤੇ ਫਰਮਾਇਆ ਕਿ ਇਹ ਅਸਥਾਨ ਭਾਵ ਸ੍ਰੀ ਦਮਦਮਾ ਸਾਹਿਬ ਗਿਆਨ ਦਾ ਮਹਾਨ ਕੇਂਦਰ ਹੋਵੇਗਾ, ਜਿੱਥੇ ਗੁਰਮਤ ਵਿੱਚ ਵਿਦਵਾਨ ਲਿਖਾਰੀ ਪੈਦਾ ਹੋਣਗੇ। ਇਸ ਧਰਤੀ ਤੇ ਬਖਸ਼ਿਸ਼ ਕਰਦਿਆਂ ਗੁਰੂ ਜੀ ਨੇ ਵਚਨ ਕੀਤਾ ਕਿ ਜੋ ਪ੍ਰਾਣੀ ਸ਼ਰਧਾ ਨਾਲ ਇੱਥੇ ਗੁਰਮੁਖੀ ਦੇ 35 ਲਿਖੇਗਾ ਉਸ ਨੂੰ ਉੱਤਮ ਬੁੱਧੀ ਪ੍ਰਾਪਤ ਹੋਵੇਗੀ। ਤਾਂ ਇਹ ਸਰੋਵਰ ਨਾਲ ਹੀ ਹੈਗਾ ਜਿੱਥੇ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ, ਤਾਂ ਇਸ ਤਰੀਕੇ ਦੇ ਨਾਲ ਵੱਡੀ ਗਿਣਤੀ 'ਚ ਆ ਕੇ ਇੱਥੇ ਸੰਗਤਾਂ ਨਤਮਸਤਕ ਹੁੰਦੀਆਂ ਨੇ। ਉੱਥੇ ਹੀ ਇਹ ਜਿਵੇਂ ਬੱਚੇ ਲਿਖ ਰਹੇ ਨੇ, ਤਾਂ ਇਹ ਛੋਟੇ ਛੋਟੇ ਬੱਚੇ ਹੈਗੇ ਨੇ ਜਿਹੜੇ ਇੱਥੇ ਗੁਰਮੁਖੀ ਦੇ ਵਿੱਚ ਜਿਹੜਾ ਊੜਾ ਐੜਾ ਲਿਖ ਰਹੇ ਨੇ। ਤਾਂ ਇਹ ਸਾਹਮਣੇ ਬੋਰਡ ਵੀ ਲੱਗੇ ਹੋਏ ਨੇ, ਜੇਕਰ ਕਿਸੇ ਨੇ ਦੇਖ ਕੇ ਲਿਖਣਾ ਤਾਂ ਉਹ ਇੱਥੇ ਦੇਖ ਕੇ ਵੀ ਲਿਖ ਸਕਦਾ। ਤਾਂ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈਗਾ, ਦਮਦਮਾ ਸਾਹਿਬ ਦੇ ਬਿਲਕੁਲ ਨਜ਼ਦੀਕ ਇਹ ਗੁਰਦੁਆਰਾ ਸਾਹਿਬ ਹੈਗਾ, ਤਾਂ ਇੱਥੇ ਸੰਗਤਾਂ ਨਤਮਸਤਕ ਹੁੰਦੀਆਂ ਨੇ। ਤਾਂ ਇੱਕ ਮਾਤਾ ਜੀ ਸਾਡੇ ਨਾਲ ਮੌਜੂਦ ਨੇ। ਮਾਤਾ ਜੀ, ਤੁਸੀਂ ਇੱਥੇ ਪਹੁੰਚੇ ਹੋ, ਤਾਂ ਇਹ ਪਤਾ ਤੁਹਾਨੂੰ ਇਤਿਹਾਸ ਬਾਰੇ ਜਿਵੇਂ ਇੱਥੇ 35 ਅੱਖਰ ਲਿਖਦੇ ਨੇ ਆ ਕੇ? ਹਾਂਜੀ, ਤੁਸੀਂ ਲਿਖ ਲਏ ਨੇ? ਠੀਕ ਹੈ। ਤਾਂ ਇਹ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ, ਤਾਂ ਇਹ ਛੋਟੇ ਛੋਟੇ ਬੱਚੇ ਵੀ ਹੈਗੇ ਨੇ ਜਿਹੜੇ ਇੱਥੇ 35 ਲਿਖਦੇ ਪਏ ਨੇ। ਤਾਂ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈਗਾ, ਗੁਰਦੁਆਰਾ ਲਿਖਣਸਰ ਸਾਹਿਬ ਹੈਗਾ ਦਮਦਮਾ ਸਾਹਿਬ ਦੇ ਬਿਲਕੁਲ ਨਾਲ ਇਹ ਗੁਰਦੁਆਰਾ ਸਾਹਿਬ ਇੱਥੇ ਹੈਗਾ। ਤਾਂ ਇੱਥੇ ਜਿਹੜਾ ਸੀਗਾ ਵਰਦਾਨ ਦਿੱਤਾ ਗਿਆ ਸੀਗਾ ਇਸ ਧਰਤੀ ਨੂੰ ਕਿ ਜਿਹੜੇ ਵੀ ਸੰਗਤ ਬੜੀ ਸ਼ਰਧਾ ਦੇ ਨਾਲ ਇੱਥੇ ਆ ਕੇ ਨਤਮਸਤਕ ਹੋਏਗੀ, ਜਿਹੜੀ ਸੰਗਤ ਗੁਰਮੁਖੀ ਦੇ 35 ਇੱਥੇ ਲਿਖੇਗੀ ਉਹਨਾਂ ਨੂੰ ਉੱਚ ਬੁੱਧੀ ਦਾ ਜਿਹੜਾ ਉਹ ਗਿਆਨ ਪ੍ਰਾਪਤ ਹੋਵੇਗਾ। ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਦਰਸ਼ਨ ਟੀਵੀ, ਤਖ਼ਤ ਸ੍ਰੀ ਦਮਦਮਾ ਸਾਹਿਬ।